ਸਤਿ ਸ਼੍ਰੀ ਅਕਾਲ। ਅਜੇ ਵੀ ਸਾਡੇ ਕੋਲ 17 ਕੈਲੰਡਰ ਡੇਜ਼ ਐਂਡ 11 ਵਰਕਿੰਗ ਡੇਜ਼ ਸਾਡੇ ਕੋਲ ਅੱਜ ਵੀ ਪਏ ਹੈ, ਜਦੋਂ ਤੁਸੀਂ ਕੈਨੇਡਾ ਜਾ ਕੇ ਪੁਰਾਣੀ GIC ਦੇ ਨਾਲ ਕੈਨੇਡਾ ਜਾ ਕੇ ਨਵੇਂ ਭਵਿੱਖ ਦੀ ਸ਼ੁਰੂਆਤ ਕਰ ਸਕਦੇ ਹੋ। ਹਾਲਾਂਕਿ ਵਧੇ ਹੋਏ ਕੈਨੇਡੀਅਨ ਡੋਲਰ ਭਾਵੇਂ ਤੁਹਾਡੇ GIC ਅਕਾਊਂਟ 'ਚ ਹੀ ਰਹਿਣੇ ਆ, ਤੁਹਾਡੇ ਕੋਲ ਹੀ ਰਹਿਣੇ ਆ, ਲੇਕਿਨ ਹੋ ਸਕਦਾ ਕਈਆਂ ਸਟੂਡੈਂਟਸ ਦਾ, ਉਹਨਾਂ ਦੇ ਪੇਰੈਂਟਸ ਦਾ ਬਜਟ ਪੁਰਾਣੀ GIC ਦੇ ਨਾਲ ਹੀ ਬੱਚਿਆਂ ਨੂੰ ਭੇਜਣ ਦਾ ਹੋਵੇ। ਸੋ ਉਹਨਾਂ ਸਾਰੇ ਪੇਰੈਂਟਸ ਨੂੰ, ਉਹਨਾਂ ਦੇ ਬੱਚਿਆਂ ਨੂੰ ਮੈਂ ਖੁੱਲ੍ਹਾ ਸੱਦਾ ਦੇ ਰਿਹਾ, ਤੁਸੀਂ ਅੱਜ ਸਾਡੇ ਕੋਲ ਆਉਂਦੇ ਹੋ, ਵਿਦਇਨ 5 ਵਰਕਿੰਗ ਡੇਜ਼ ਤੁਹਾਡੀ ਫਾਈਲ ਜਿਹੜੀ ਹੈ ਆਪਾਂ ਅੰਬੈਸੀ ਵਿੱਚ ਲੋਚ ਕਰਾਂਗੇ। ਇੱਕ ਦਿਨ ਦੇ ਵਿੱਚ ਤੁਹਾਨੂੰ ਆਫਰ ਲੈਟਰ ਦੇਵਾਂਗੇ, ਇੱਕ ਮਿੰਟ ਦੇ ਵਿੱਚ ਤੁਹਾਡਾ GIC ਅਕਾਊਂਟ ਓਪਨ ਕਰਾਂਗੇ, ਸੇਮ ਡੇ ਤੁਹਾਡੀ ਮੈਂ ਫੀਸ ਪੇ ਕਰਾਂਗਾ ਆਪਣੇ ਕੋਲੋਂ, ਐਂਡ ਤੁਹਾਡੀ ਸੇਮ ਡੇ 'ਚ LOA ਜਿਹੜੀ ਹੈ ਤੁਹਾਨੂੰ ਰਿਸੀਵ ਹੋਏਗੀ। ਸੋ 5 ਦਿਨਾਂ ਵਿੱਚ ਫਾਈਲ ਲੋਚ ਕਰਨ ਤੋਂ ਬਾਅਦ ਵਿਦਇਨ 15 ਵਰਕਿੰਗ ਡੇ ਵਿੱਚ ਤੁਹਾਡਾ ਵੀਜ਼ਾ ਵੀ ਲੈ ਕੇ ਦੇਵਾਂਗੇ। ਐਂਡ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਤੁਹਾਨੂੰ ਕਿਸੇ ਕੰਸਲਟੈਂਟ ਨੇ ਨਹੀਂ ਦੇਣਾ, ਸਭ ਤੋਂ ਵਧੀਆ ਪੈਕੇਜ ਜਿਹੜਾ ਤੁਸੀਂ ਨਾ ਕਦੀ ਸੁਣਿਆ ਨਾ ਜਿਹੜਾ ਤੁਹਾਨੂੰ ਕੋਈ ਦੇ ਸਕਦਾ, ਨਾ ਤੁਸੀਂ ਵੀਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਪੈਸੇ ਦੇਣੇ ਆ, ਨਾ ਵੀਜ਼ਾ ਲੈਣ ਤੋਂ ਬਾਅਦ ਮੈਨੂੰ ਕੋਈ ਪੈਸੇ ਦੇਣੇ ਆ। ਤੁਹਾਡੀ ਅੰਬੈਸੀ ਫੀਸ ਜਿਹੜੀ ਮੈਂ ਆਪਣੇ ਕੋਲੋਂ ਪੇ ਕਰਾਂਗਾ, ਤੁਹਾਡੇ ਮੈਡੀਕਲ ਦੇ ਚਾਰਜਸ ਆਪਣੇ ਕੋਲੋਂ ਪੇ ਕਰਾਂਗਾ, ਤੁਹਾਡੇ ਬਾਇਓਮੈਟ੍ਰਿਕ ਚਾਰਜਸ, ਤੁਹਾਡੇ ਕੋਰੀਅਰ ਦੇ ਚਾਰਜਸ ਮੈਂ ਆਪਣੇ ਕੋਲੋਂ ਪੇ ਕਰਾਂਗਾ। ਵੀਜ਼ਾ ਆਉਣ ਤੋਂ ਬਾਅਦ ਤੁਸੀਂ ਮੈਨੂੰ ਇਹ ਵੀ ਪੈਸੇ ਨਹੀਂ ਦੇਣੇ। ਦੇਣਾ ਕੀ ਹੈ? ਸਿਰਫ ਜਿਹੜੀ ਤੁਸੀਂ ਟਿਊਸ਼ਨ ਫੀਸ ਤੁਹਾਡੀ ਮੈਂ ਪੇ ਕੀਤੀ ਹੈ, ਸਿਰਫ ਤੁਸੀਂ ਉਹੀ ਪੇ ਕਰਨਾ, ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਪੈਸਾ ਨਹੀਂ ਦੇਣਾ। ਸੋ ਜੇਕਰ ਤੁਸੀਂ ਇਸ ਓਪਰਚੁਨਿਟੀ ਨੂੰ ਅਵੇਲ ਕਰਨਾ ਚਾਹੁੰਦੇ ਹੋ, ਕੈਨੇਡਾ ਜਾ ਕੇ ਨਵੇਂ ਭਵਿੱਖ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ, ਆਪਣੀ ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ ਇਕੱਠੇ ਜਾਣਾ ਚਾਹੁੰਦੇ ਹੋ, ਐਂਡ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਸੀਂ ਪੋਸਟ ਸਟੱਡੀ ਵਰਕ ਵੀਜ਼ਾ ਵੀ ਲੈਣਾ ਚਾਹੁੰਦੇ ਹੋ, ਦੈਨ ਅੱਜ ਹੀ ਹੇਠ ਲਿਖੇ ਨੰਬਰ ਸਾਨੂੰ ਕੰਟੈਕਟ ਕਰੋ, ਤੁਸੀਂ ਮੈਨੂੰ ਵੀ ਆ ਕੇ ਮਿਲ ਸਕਦੇ ਹੋ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ।